ਸੌਦਾ ਆਮ ਲੈਣ ਲੱਗ ਪਏ ਅਤੇ ਫਿਰ ਉਹ ਥਾਂ ਕੋਈ ਨਾ ਧਰਨ ਲੱਭੇ ਅਤੇ ਗੁਲਾਮ ਨੂੰ ਆਉਂਦਾ ਮਿਰਜ਼ਾ ਇੱਜ਼ਤ ਬੇਗ ਹੁਣ ਕੋਈ ਤੂੰ ਹੀ ਦੱਸ ਧਰੀਏ ਕਿੱਥੇ ਉਹਨੇ ਆਖਿਆ ਸ਼ਹਿਰ ਦੇ ਵਿੱਚ ਕੋਈ ਕਾਲ ਪਈ ਆ ਦੁਕਾਨ ਇੱਕ ਤੋਂ ਹੋਰ ਕਿਰਾਏ 'ਤੇ ਲੈ ਲੈਂਦੇ ਹਾਂ ਅਤੇ ਮਾਲ ਉੱਥੇ ਸੁਧਾਕ ਕਰ ਛੇੜਾ ਕਰਾਂ ਦੇ ਅਤੇ ਇੱਥੇ ਬਹਿ ਕੇ ਪੇ ਵੇਚਾ ਕਰਾਂ ਦੇ ਅਤੇ ਲੋਕਾਂ ਨੂੰ ਆਵਾਜ਼ ਮਾਰਦਾ ਹੁੰਦਾ ਵੀ ਆ ਕੇ ਅਤੇ ਲੈ ਲਓ ਇਹ ਫਿਰ ਢੋ ਨਹੀਂ ਟੁੱਕਣੇ ਅਤੇ ਚੀਜ਼ ਚੰਗੀ ਹੋਵੇ ਸਸਤੀ ਲੱਭੇ ਤਾਂ ਬੰਦੇ ਜਾਂਦੇ ਨੇ ਉੱਥੇ ਉਹ ਡੰਗਾਂ ਦੇ ਵਿੱਚ ਕੰਗਾਲ ਹੋ ਗਿਆ ਯਾਰਾਂ ਸੱਜਣਾਂ ਨੂੰ ਜਿਸ ਵੇ ਇੱਕ ਦੋ ਜਿਹੜੇ ਫਾਕਾ ਲੱਭਾ ਅਤੇ ਉਹਨਾਂ ਆਪੇ ਹੀ ਸਲਾਹ ਕੀਤੀ ਉਹਨਾਂ ਆਖਿਆ ਇਹ ਤਾਂ ਜਾਣੇ ਜੋਗਾ ਨਹੀਂ ਅਤੇ ਅਸੀਂ ਕਿਉਂ ਇੱਥੇ ਰੋਲ ਚੱਲੇ ਅਸੀਂ ਪਿੱਛਾ ਟੁਰ ਚੱਲੀਏ ਅਤੇ ਯਾਰ ਸੱਜਣ ਛੱਡ ਕੇ ਟੁਰ ਗਏ ਮਿਰਜ਼ੇ ਅਲੀ ਬੇਗ ਨੇ ਆਖਿਆ ਮੇਰਾ ਪੁੱਤਰ ਤੁਹਾਡੇ ਨਾਲ ਗਿਆ ਸੀ ਅਤੇ ਨਾਲ ਆਇਆ ਨਹੀਂ ਉਹਨਾਂ ਆਖਿਆ ਉੱਥੇ ਘੁੰਮਣ 'ਚ ਪਿਆਰ ਕਰ ਬੈਠਾ ਹੈ ਇੱਕ ਘੁਮਿਆਰੀ ਅਤੇ ਆਸ਼ਕ ਹੋ ਗਿਆ ਅਤੇ ਉਹ ਹੁਣ ਆ ਨਹੀਂ ਸਕਦਾ ਉਹ ਨਹੀਂ ਹੁਣ ਆਉਂਦਾ ਬਾਪ ਨੇ ਕਲਮ ਦੁਆਤ ਲੈ ਕੇ ਅਤੇ ਖਤ ਲਿਖਿਆ ਉਹ ਤੂੰ ਤਾਂ ਹੂਰਾਂ ਨੂੰ ਵੀ ਪਰਤ ਕੇ ਨਹੀਂ ਸਕਦਾ ਤੂੰ ਘੁਮਿਆਰਾਂ ਦੇ ਘਰ ਰਹਿ ਪਿਆ ਮੌਜ ਭਾਰ ਵੇਖਣੀਆਂ ਅਤੇ ਆ ਟੋਰਿਆ ਕਾਸਦ ਖਤ ਲੈ ਕੇ ਆਇਆ ਅਤੇ ਕਾਸਦ ਨੂੰ ਪਤਾ ਸੀ ਨਾ ਵੀ ਮਿਰਜ਼ਾ ਇੱਜ਼ਤ ਬੇਗ ਅਤੇ ਉੱਥੇ ਮਹੀਂ ਵਾਲ ਹੋ ਗਏ ਅਸੀਂ ਅਤੇ ਉਹ ਵੀ ਘਰੋਂ ਘੁਮਿਆਰਾਂ ਵੀ ਕੱਢ ਛੱਡੇ ਅਸੀਂ ਕਦੇ ਰੋ ਪਵੇ ਕਦੇ ਜਿਹੜਾ ਦੀਵਾਨਿਆਂ ਦਾ ਕੰਮ ਹੁੰਦਾ ਅਤੇ ਨਵਾਂ ਕੋਈ ਵੀ ਬੰਦਾ ਆਵੇ ਨਾ ਇਸ ਗਲੀ ਦੇ ਵਿੱਚ ਜਿਹੜੇ ਬੰਦੇ ਦੀ ਜਾਣ ਪਛਾਣ ਨਹੀਂ ਦੋ ਵਾਰੀ ਆਂਜਾਂ 'ਚ ਲੰਘੇ ਨਾ ਤਾਂ ਸਾਰਿਆਂ ਬੰਦਿਆਂ ਦਾ ਧਿਆਨ ਹੋ ਜਾਂਦਾ ਬਈ ਇਹ ਕਿੱਥੇ ਜਾਣਾ ਇਹਨੇ ਤਾਂ ਕਿਹਨੂੰ ਪਿਆ ਪੁੱਛਦਾ ਅਤੇ ਉਹ ਸ਼ਹਿਰ ਗੁਜਰਾਤ ਦੇ ਵਿੱਚ ਆ ਕੇ ਸੋਹਣੀ ਦੇ ਬਾਜ਼ਾਰ ਦੇ ਵਿੱਚ ਦੋ ਚਾਰ ਫੇਰੇ ਜਿਸ ਵੇਲੇ ਉਹਨੇ ਲਾਏ ਨਾ ਤੋ ਮੁੰਡੇ ਸਨ ਬੈਠੇ ਉਹਨਾਂ ਆਖਿਆ ਉਹਨੂੰ ਪੁੱਛੋ ਹਾਂ ਕਿੱਥੋਂ ਆਇਆ ਕਿੱਥੇ ਜਾਣਾ ਸੀ ਇੱਥੇ ਕੀ ਕੰਮ ਸੀ ਕਿਉਂ ਫਿਰਦਾ ਪਿਆ ਉਹਨਾਂ ਨੇੜੇ ਹੋ ਕੇ ਆਖਿਆ ਵੀ ਉਹਦੇ ਗੱਲ ਦੱਸ ਹਾਂ ਕਿੱਥੋਂ ਆਇਆ ਕਿੱਥੇ ਜਾਣਾ ਕਿਹਨੂੰ ਪਿਆ ਢੂੰਡਣਾ ਉਹਨੇ ਆਖਿਆ ਮਿਰਜ਼ਾ ਇੱਜ਼ਤ ਬੇਗ ਇੱਕ ਬਲਖ ਬਾਰਿਓਂ ਆਇਆ ਸੀ ਸੌਦਾਗਰ ਬਣ ਕੇ ਅਤੇ ਉਹਨੂੰ ਢੂੰਡਣਾ ਪਿਆ ਮੈਨੂੰ ਲੱਭਦਾ ਨਹੀਂ ਉਹਨੇ ਆਖਿਆ ਜੀ ਉਹਨੂੰ ਢੂੰਡਣਾ ਤਾਂ ਸਾਡੇ ਨਾਲ ਰਾਬਤਾ ਕਰ ਆ ਤੈਨੂੰ ਅਸੀਂ ਦੱਸਦੇ ਹਾਂ ਨੇੜੇ ਗਏ ਅਤੇ ਅੱਗੇ ਬੈਠੇ ਅਸੀਂ ਆਪਣੇ ਹਾਲ ਵਿੱਚ ਉਹਨਾਂ ਆਖਿਆ ਉਹ ਮਿਰਜ਼ਾ ਇੱਜ਼ਤ ਬੇਗ ਆਖਿਆ ਇਹ ਲੱਗਦਾ ਤਾਂ ਨਹੀਂ ਪਰ ਚਲੋ ਨੇੜੇ ਗਿਆ ਸ਼ਕਲ ਤਾਂ ਨਹੀਂ ਨਾ ਬਦਲ ਜਾਂਦੀ ਜਾ ਕੇ ਬੜੇ ਅਦਬ ਤਜ਼ੀਮ ਨਾਲ ਕਾਸਦ ਖਤ ਦਿੰਦਾ ਉਸ ਖਤ ਦੇ ਉੱਤੇ ਕੀ ਲਿਖਿਆ ਹੁੰਦਾ ਕਿਵੇਂ ਦੈਮ ਸਾਹਿਬ ਬਿਆਨ ਕਰਦੇ ਨੇ ਮਨਜ਼ੂਰ ਕਾਸਦ ਝੁੱਕ ਕੇ ਅਦਬ ਸਲਾਮ ਕਰਕੇ ਔਰ ਮਹੀਵਾਲ ਨੂੰ ਖਤ ਲਿਆ ਦਿੱਤਾ ਤੇਰੇ ਬਾਪ ਆਲੀ ਮੈਨੂੰ ਬਲਖ ਵਿੱਚੋਂ ਤਰਫ ਤੁੱਧ ਦੀ ਤੇਜ਼ ਦੜਾ ਦਿੱਤਾ ਉਹ ਤਾਂ ਬੜਾ ਲਚਾਰ ਤੁੱਧ ਬਾਜੋ ਔਰ ਤੂੰ ਤਾਂ ਦੇਸ਼ ਨੂੰ ਦਿਲੋਂ ਭੁਲਾ ਦਿੱਤਾ ਤੇਰੀ ਇਸ ਗੁਜਰਾਤ ਦੀ ਚਾਲ ਉਲਟੀ ਵਿੱਚ ਬਲਖ ਦੇ ਸ਼ੋਰ ਮਚਾ ਦਿੱਤਾ ਅਤੇ ਬੈਠੂ ਵਿੱਚ ਪ੍ਰਦੇਸ ਗਦਾ ਬਣ ਕੇ ਔਰ ਨੰਗ ਇੱਜ਼ਤਾਂ ਸ਼ਰਮ ਜਲਾ ਦਿੱਤਾ ਪਿੱਛੇ ਨਾਰ ਅੰਗਾਰ ਘੁਮਿਆੜੀ ਦਿਓ ਮਾਈ ਬਾਪ ਦਾ ਹੀ ਫਰਜ਼ ਮਿਟਾ ਦਿੱਤਾ ਵਤਨ ਜ਼ਾਤ ਸਫਾਤ ਤੇ ਪਾ ਮਿੱਟੀ ਉਹਨੇ ਆਖਿਆ ਨਾ ਤੂੰ ਆਪਣੀ ਕੋਈ ਜ਼ਾਤ ਵੇਖੀਏ ਨਾ ਵਤਨ ਦਾ ਧਿਆਨ ਕੀਤਾ ਈ ਵਤਨ ਜ਼ਾਤ ਸਫਾਤ ਤੇ ਪਾ ਮਿੱਟੀ ਔਰ ਤੂੰ ਤੇ ਮੁਲਕ ਦਾ ਹੀ ਮੂੰਹ ਸ਼ਰਮਾ ਦਿੱਤਾ ਕੈਦਾ ਫੋਲ ਕੇ ਇਸ਼ਕ ਮਜਾਜ ਵਾਲਾ ਔਰ ਤੂੰ ਤੇ ਕਈਆਂ ਨੂੰ ਵੈਦਾ ਪਾ ਦਿੱਤਾ ਤੇਰੀ ਜੱਦ ਦਾ ਅਸੂਲ ਨਹੀਂ ਸੀ ਸਾਡਾ ਫਰਜ਼ ਆ ਹੀ ਅਸਾਂ ਸਮਝਾ ਦਿੱਤਾ ਇੱਜ਼ਤ ਬੇਗ ਅੱਗੂ ਜਿਵੇਂ ਤੇਰੀ ਮਰਜ਼ੀ ਉਹ ਦਾਇਮ ਕਾਸ ਦੇ ਖਤ ਲਿਆ ਦਿੱਤਾ ਤੇ ਖਤ ਕਿਕਣ ਪੜਦਾ ਮੈਂ ਵਾਲ ਤੇ ਕੀ ਕਦਰ ਪਰਦੇਸ ਪਰਦੇਸੀਆਂ ਦਾ ਦੇਸ਼ ਆਪਣੇ ਜਾਨ ਪਛਾਣ ਹੁੰਦੀ ਫੇਰੀ ਵਾਲਿਆਂ ਤੇ ਮਾਰਨ ਗਾਕ ਫੇਰੇ ਔਰ ਕੀਮਤ ਜਿਨਸ ਦੀ ਵਿੱਚ ਦੁਕਾਨ ਹੁੰਦੀ ਕੁੱਤਾ ਆਪਣੀ ਗਲੀ ਵਿੱਚ ਸ਼ੇਰ ਹੁੰਦਾ ਔਰ ਕੀੜੀ ਘਰ ਆਪਣੇ ਸੁਲੇਮਾਨ ਹੁੰਦੀ
ਦਾਇਮ ਸ਼ੂਕ ਦੇ ਕਿਵੇਂ ਦਰਿਆ ਪੰਜਿਓ ਜੇ ਤੇਰੀ ਪੰਜਾਬੀ ਨਾਲ ਜ਼ਬਾਨ ਹੁੰਦੀ। ਹਾਂਜੀ
مرنو يار دے مگر حیر قبلہ